ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ 'ਤੇ। ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਜੇਕਰ ਤੁਸੀਂ ਆਪਣੀ ਪਰਸਨਲ ਆਈਡੀ ਤੋਂ IHRM ਪੰਜਾਬ ਵੈਬਸਾਈਟ 'ਤੇ ਲੌਗਇਨ ਕਰਦੇ ਹੋ ਤਾਂ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ ਐਜ਼ ਪਰ ਡਾਇਰੈਕਸ਼ਨ ਆਫ ਗਵਰਨਮੈਂਟ ਆਫ ਪੰਜਾਬ ਈ ਕਰੈਕਸ਼ਨ ਰੋਲ ਹੈਜ਼ ਬੀਨ ਰਿਮੂਵਡ, ਕਾਇੰਡਲੀ ਗੈਟ ਯੂਅਰ ਰੋਲ ਅਪਡੇਟਡ ਫਰੋਮ ਅਸਟੈਬਲਿਸ਼ਮੈਂਟ ਆਫਿਸ। ਅਤੇ ਤੁਸੀਂ ਆਪਣੀ IHRM ਆਈਡੀ ਤੋਂ ਲੌਗਇਨ ਨਹੀਂ ਕਰ ਪਾਉਂਦੇ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਤੁਸੀਂ ਇਸ ਮੈਸੇਜ ਨੂੰ ਕਿਵੇਂ ਰਿਮੂਵ ਕਰ ਸਕਦੇ ਹੋ ਤਾਂ ਕਿ ਤੁਹਾਡੀ IHRM ਆਈਡੀ ਪ੍ਰੋਪਰ ਵਰਕ ਕਰਨਾ ਸ਼ੁਰੂ ਕਰ ਦੇਵੇ। ਇਸ ਤੋਂ ਇਲਾਵਾ IHRM ਪੰਜਾਬ ਵੈਬਸਾਈਟ 'ਤੇ ਕਿਸੇ ਵੀ ਕਰਮਚਾਰੀ ਨੂੰ ਡਾਟਾ ਐਂਟਰੀ ਜਾਂ ਵੈਰੀਫਾਇਰ ਦਾ ਅਸੀਂ ਕਿਵੇਂ ਰੋਲ ਅਸਾਈਨ ਕਰ ਸਕਦੇ ਹਾਂ ਜਾਂ ਕਿਸੇ ਵੈਰੀਫਾਇਰ ਜਾਂ ਡਾਟਾ ਐਂਟਰੀ ਦਾ ਰੋਲ ਨੂੰ ਅਸੀਂ ਕਿਵੇਂ ਰਿਮੂਵ ਕਰ ਸਕਦੇ ਹਾਂ, ਸੋ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਅਤੇ ਜੇਕਰ ਤੁਸੀਂ ਇਸ YouTube ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਸਭ ਤੋਂ ਪਹਿਲਾਂ IHRM ਪੰਜਾਬ ਇਸ ਨੂੰ ਸਰਚ ਕਰੋ, ਆਫਿਸ਼ੀਅਲ ਵੈਬਸਾਈਟ ਨੂੰ ਓਪਨ ਕਰੋ, ਕੰਟੀਨਿਊ ਟੂ IHRM ਪੰਜਾਬ। ਸਭ ਤੋਂ ਪਹਿਲਾਂ ਅਸੀਂ ਆਪਣੀ IHRM ਆਈਡੀ ਤੋਂ ਲੌਗਇਨ ਕਰਦੇ ਹਾਂ। ਜੋ ਸਾਡੀ ਆਈਡੀ ਪ੍ਰੋਪਰ ਕੰਮ ਨਹੀਂ ਕਰ ਰਹੀ, ਆਈਡੀ ਫਿਲ ਕਰੋ, ਪਾਸਵਰਡ ਫਿਲ ਕਰੋ, ਕੈਪਚਾ ਕੋਡ ਫਿਲ ਕਰੋ ਅਤੇ ਲੌਗਇਨ ਆਪਸ਼ਨ 'ਤੇ ਕਲਿੱਕ ਕਰੋ। ਜਦੋਂ ਅਸੀਂ ਲੌਗਇਨ ਆਪਸ਼ਨ 'ਤੇ ਕਲਿੱਕ ਕਰਦੇ ਹਾਂ ਤਾਂ ਸਾਨੂੰ ਇਹ ਮੈਸੇਜ ਡਿਸਪਲੇ ਹੁੰਦਾ ਹੈ, ਸੋ ਇਸ ਨੂੰ ਰਿਮੂਵ ਕਰਨ ਲਈ ਆਪਣੇ ਸਕੂਲ ਆਫਿਸ ਦੀ ਆਫਿਸ ਆਈਡੀ ਨੂੰ ਐਂਟਰ ਕਰੋ, ਪਾਸਵਰਡ ਐਂਟਰ ਕਰੋ, ਕੈਪਚਾ ਕੋਡ ਐਂਟਰ ਕਰੋ ਅਤੇ ਲੌਗਇਨ ਆਪਸ਼ਨ 'ਤੇ ਕਲਿੱਕ ਕਰੋ। ਇੰਪਲੋਈ ਇਨਰੋਲਮੈਂਟ ਇਸ ਆਪਸ਼ਨ 'ਤੇ ਕਲਿੱਕ ਕਰੋ, ਰੋਲ ਅਸਾਈਨਮੈਂਟ ਇਸ ਆਪਸ਼ਨ 'ਤੇ ਕਲਿੱਕ ਕਰੋ, ਕਰਮਚਾਰੀ ਦਾ ਅਸਟੈਬਲਿਸ਼ਮੈਂਟ ਆਫਿਸ ਉਸ ਨੂੰ ਸਿਲੈਕਟ ਕਰੋ, ਜਿਸ ਵੀ ਕਰਮਚਾਰੀ ਦੀ ਆਈਡੀ ਵਿੱਚ ਪ੍ਰੋਬਲਮ ਆ ਰਹੀ ਹੈ ਉਸਦਾ ਨਾਮ ਸਿਲੈਕਟ ਕਰੋ। ਇਸ ਸਿਕਿਉਰਿਟੀ ਪਰਪਜ਼ ਲਈ ਇਨਫੋਰਮੇਸ਼ਨ ਨੂੰ ਹਾਈਡ ਕੀਤਾ ਗਿਆ ਹੈ। ਇਸ ਕਰਮਚਾਰੀ ਦਾ ਕਰੰਟ ਰੋਲ ਸਰਵਿਸ ਬੁੱਕ ਈ ਕਰੈਕਸ਼ਨ ਸੀ, ਪਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਈ ਕਰੈਕਸ਼ਨ ਨੂੰ ਰਿਮੂਵ ਕਰ ਦਿੱਤਾ ਗਿਆ ਹੈ। ਇਸ ਕਰਕੇ ਇਸ ਕਰਮਚਾਰੀ ਨੂੰ ਅਸੀਂ ਕੋਈ ਹੋਰ ਰੋਲ ਅਸਾਈਨ ਕਰਾਂਗੇ, ਸੋ ਇਸ ਨੂੰ ਅਸੀਂ ਜਨਰਲ ਯੂਜ਼ਰ ਬਣਾ ਰਹੇ ਹਾਂ। ਤੁਸੀਂ ਇਸ ਵਿੱਚੋਂ ਡਾਟਾ ਐਂਟਰੀ, ਅਸਟੈਬਲਿਸ਼ਮੈਂਟ ਜਾਂ ਕੋਈ ਵੀ ਰੋਲ ਦੇ ਸਕਦੇ ਹੋ। ਅਸਾਈਨ ਰੋਲ ਟੂ ਇੰਪਲੋਈ ਇਸ ਆਪਸ਼ਨ 'ਤੇ ਕਲਿੱਕ ਕਰੋ, ਓਕੇ ਆਪਸ਼ਨ 'ਤੇ ਕਲਿੱਕ ਕਰੋ, ਇਸ ਆਈਡੀ ਤੋਂ ਲੌਗਆਊਟ ਹੋ ਜਾਵੋ। ਜਿਸ ਕਰਮਚਾਰੀ ਦੀ ਆਈਡੀ ਵਿੱਚ ਪ੍ਰੋਬਲਮ ਆ ਰਹੀ ਸੀ ਉਸਦਾ ਯੂਜ਼ਰਨੇਮ, ਪਾਸਵਰਡ ਅਤੇ ਕੈਪਚਾ ਕੋਡ ਐਂਟਰ ਕਰੋ ਅਤੇ ਲੌਗਇਨ ਆਪਸ਼ਨ 'ਤੇ ਕਲਿੱਕ ਕਰੋ। ਦੋਸਤੋ ਹੁਣ ਲੌਗਇਨ ਦੀ ਆਪਸ਼ਨ ਆ ਰਹੀ ਹੈ, ਇੱਥੇ OTP ਐਂਟਰ ਕਰੋ ਅਤੇ OTP ਨੂੰ ਵੈਰੀਫਾਈ ਕਰੋ। ਦੋਸਤੋ ਜੇਕਰ ਵੀਡੀਓ ਵਿਚਲੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਹੋਰ ਇਨਫੋਰਮੇਸ਼ਨਲ ਵੀਡੀਓ ਨਾਲ। ਤਦ ਤੱਕ ਲਈ ਕੀਪ ਲਰਨਿੰਗ, ਲਰਨ ਮੋਰ। ਥੈਂਕ ਯੂ।